ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਆਪਣੇ ਯੂਟਿਊਬ ਚੈਨਲ 'ਤੇ। ਅਤੇ ਅੱਜ ਆਪਾਂ ਗੱਲ ਕਰਾਂਗੇ ਸਿੱਧੂ ਮੂਸੇਵਾਲੇ ਬਾਰੇ। ਜਿੱਦਾਂ ਕਿ ਅੱਜ ਦੇ ਟਾਈਮ ਦੇ ਵਿੱਚ ਸਿੱਧੂ ਮੂਸੇਵਾਲਾ ਪੂਰੀ ਇੰਡਸਟਰੀ ਦੇ ਉੱਤੇ ਰਾਜ ਕਰਦਾ ਵਾ, ਉੱਦਾਂ ਹੀ ਮੂਸੇ ਨਾਂ ਦਾ ਅਕਾਦਮੀ ਪੂਰੀ ਦੁਨੀਆ 'ਤੇ ਰਾਜ ਕਰਦਾ ਸੀ, ਕਿਉਂਕਿ ਉਹ ਇਤਿਹਾਸ ਦਾ ਸਭ ਤੋਂ ਅਮੀਰ ਆਦਮੀ ਸੀ ਅਤੇ ਉਸਦਾ ਪੂਰਾ ਨਾਮ ਮਾਨਸਾ ਮੂਸਾ ਸੀ। ਅਤੇ ਅੱਜ ਅਸੀਂ ਤੁਹਾਨੂੰ ਮਾਨਸਾ ਮੂਸਾ ਬਾਰੇ ਦੱਸਾਂਗੇ। ਮੂਸੇ ਦਾ ਜਨਮ 1280 ਨੂੰ ਅਫਰੀਕਾ ਵਿੱਚ ਹੋਇਆ ਅਤੇ 33 ਸਾਲ ਦੀ ਉਮਰ ਦੇ ਵਿੱਚ ਮੂਸਾ ਮਾਲੀ ਰਾਜ ਦਾ ਸ਼ਾਸਕ ਬਣ ਗਿਆ ਸੀ ਅਤੇ ਰਾਜਾ ਬਣਨ ਤੋਂ ਬਾਅਦ ਮੂਸੇ ਨੂੰ ਮਾਨਸਾ ਨਾਮ ਮਿਲਿਆ ਅਤੇ ਜਿਸ ਦਾ ਮਤਲਬ ਹੁੰਦਾ ਹੈ ਸੁਲਤਾਨ। ਮੂਸੇ ਦਾ ਸੋਨੇ ਦਾ ਬਹੁਤ ਹੀ ਵੱਡਾ ਕਾਰੋਬਾਰ ਸੀ। ਅਤੇ ਦੋਸਤੋ, ਜਿਵੇਂ ਕਿ ਅੱਜ ਦੇ ਟਾਈਮ ਵਿੱਚ ਸਿੱਧੂ ਮੂਸੇਵਾਲਾ ਜਿੱਥੋਂ ਵੀ ਲੰਘਦਾ ਹੈ ਮੂਸੇਵਾਲਾ ਕਰਾ ਜਾਂਦਾ ਹੈ, ਤਾਂ ਉੱਦਾਂ ਹੀ ਪੁਰਾਣੇ ਸਮੇਂ ਦੇ ਵਿੱਚ ਜਿੱਥੋਂ ਵੀ ਉਹ ਮੂਸਾ ਲੰਘਦਾ ਸੀ ਉੱਥੇ ਮੂਸਾ ਕਰਾ ਜਾਂਦਾ ਸੀ। ਅਤੇ ਮੂਸਾ ਜਿਹੜੇ ਵੀ ਇਲਾਕਿਆਂ ਵਿੱਚ ਵੀ ਲੰਘਦਾ ਸੀ ਉੱਥੋਂ ਦੇ ਗਰੀਬਾਂ ਵਿੱਚ ਸੋਨੇ ਦੇ ਸਿੱਕੇ ਵੰਡ ਜਾਂਦਾ ਸੀ। ਮੂਸੇ ਦਾ ਰਾਜ ਦੁਨੀਆ ਵਿੱਚ ਸਭ ਤੋਂ ਵੱਧ ਸੋਨਾ ਬਣਾਉਣ ਵਾਲਾ ਰਾਜ ਸੀ। ਅਤੇ ਦੋਸਤੋ, ਮੂਸੇ ਦੇ ਰਾਜ ਵਿੱਚ ਇੱਕ ਸਾਲ ਦੇ ਵਿੱਚ 1000 ਕਿਲੋ ਤੋਂ ਵੀ ਵੱਧ ਸੋਨਾ ਬਣਦਾ ਸੀ। ਅਤੇ ਦੋਸਤੋ, ਮੂਸੇ ਦੀ ਸੈਨਾ ਦੇ ਵਿੱਚ 200,000 ਸੈਨਾ ਸੀ, ਜਿਨ੍ਹਾਂ ਵਿੱਚ 40,000 ਤੀਰਨਵਾਜ਼ ਸੀ। ਅਤੇ 1324 ਤੱਕ ਦੁਨੀਆ ਮੂਸੇ ਬਾਰੇ ਨਹੀਂ ਸੀ ਜਾਣਦੀ। ਅਤੇ ਫਿਰ ਇਹੀ ਸਾਲ ਮੂਸਾ ਹੱਜ ਲਈ ਮੱਕਾ ਚਲਾ ਗਿਆ। ਅਤੇ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਸ਼ੋਅ ਨੂੰ ਵੇਖਣ ਲੱਖਾਂ ਹੀ ਲੋਕ ਆਉਂਦੇ ਨੇ, ਉਵੇਂ ਹੀ ਪੁਰਾਣੇ ਸਮੇਂ ਵਿੱਚ ਲੱਖਾਂ ਹੀ ਤਾਦਾਦ ਦੇ ਵਿੱਚ ਲੋਕ ਸੀ। ਅਤੇ ਮੂਸੇ ਦੇ ਕਾਫਲੇ ਵਿੱਚ ਊਠ ਅਤੇ ਘੋੜੇ ਵੀ ਸ਼ਾਮਲ ਸੀ, ਜਿਨ੍ਹਾਂ ਦੇ ਉੱਤੇ ਸੋਨਾ ਲੱਦਿਆ ਹੁੰਦਾ ਸੀ। ਅਤੇ ਫਿਰ ਹੱਜ ਤੋਂ ਵਾਪਸ ਆ ਕੇ ਮੂਸੇ ਨੇ ਆਪਣੇ ਰਾਜ ਦੇ ਵਿੱਚ ਕਈ ਸਾਰੇ ਸਕੂਲ ਅਤੇ ਮਸਜਿਦਾਂ ਬਣਵਾਈਆਂ ਅਤੇ ਟਿੰਬਕਟੂ ਵਿੱਚ ਵੀ ਮੂਸੇ ਨੇ ਕਈ ਸਾਰੇ ਸਕੂਲ ਅਤੇ ਮਸਜਿਦਾਂ ਬਣਵਾਈਆਂ। ਇਸ ਤੋਂ ਬਾਅਦ ਦੁਨੀਆ ਦੇ ਬਾਕੀ ਦੇਸ਼ਾਂ ਨੂੰ ਵੀ ਮੂਸੇ ਦੀ ਅਮੀਰੀ ਦਾ ਪਤਾ ਚੱਲ ਗਿਆ ਸੀ। ਮੂਸੇ ਦੀ ਅਮੀਰੀ ਦੇ ਕਿੱਸੇ ਯੂਰਪ ਤੱਕ ਫੈਲੇ, ਪਰ ਲੋਕਾਂ ਨੂੰ ਮੂਸੇ ਦੀ ਅਮੀਰੀ ਉੱਤੇ ਭਰੋਸਾ ਨਹੀਂ ਹੋਇਆ। ਅਤੇ ਜਿਵੇਂ ਅੱਜ ਦੇ ਟਾਈਮ ਵਿੱਚ ਹਰ ਇੱਕ ਦੀ ਜ਼ਬਾਨ 'ਤੇ ਨਾਮ ਮੂਸੇ ਵਾਲੇ ਦਾ ਹੈ, ਉਵੇਂ ਹੀ ਪੁਰਾਣੇ ਸਮੇਂ ਵਿੱਚ ਹਰ ਇੱਕ ਦੀ ਜ਼ਬਾਨ 'ਤੇ ਨਾਮ ਮੂਸੇ ਦਾ ਹੁੰਦਾ ਸੀ। ਅਤੇ ਦੋਸਤੋ, ਸੁਣਨ ਦੇ ਵਿੱਚ ਇਹ ਵੀ ਆਇਆ ਹੈ ਕਿ 1337 ਈਸਵੀ ਦੇ ਵਿੱਚ ਮੂਸੇ ਦੀ ਮੌਤ ਹੋ ਗਈ ਸੀ। ਅਤੇ ਇਤਿਹਾਸਕ ਦਸਤਾਵੇਜ਼ ਦੁਆਰਾ ਪਤਾ ਚੱਲਦਾ ਹੈ ਕਿ ਮੂਸੇ ਕੋਲ ਬੇਸ਼ੁਮਾਰ ਦੌਲਤ ਸੀ। ਅਤੇ ਜੇਕਰ ਮੂਸੇ ਦੀ ਦੌਲਤ ਨੂੰ ਅੱਜ ਦੇ ਸਮੇਂ ਦੇ ਵਿੱਚ ਜੋੜਿਆ ਜਾਵੇ ਤਾਂ ਤਕਰੀਬਨ ਉਹ 400 ਬਿਲੀਅਨ ਬਣਦੀ ਸੀ। ਜੇਕਰ ਦੇਖਿਆ ਜਾਵੇ ਤਾਂ ਦੁਨੀਆ ਦੇ ਸਮੇਂ ਦੇ ਵਿੱਚ ਅੱਜ ਦਾ ਸਭ ਤੋਂ ਅਮੀਰ ਆਦਮੀ ਜੈਫ ਬੈਜੋਜ ਹੈ, ਜਿਸ ਕੋਲ ਕਿ ਲਗਭਗ 123 ਬਿਲੀਅਨ ਕਰੰਸੀ ਹੈ। ਅਤੇ ਤੁਸੀਂ ਇਸ ਤੋਂ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਮੂਸਾ ਕਿੰਨਾ ਜ਼ਿਆਦਾ ਅਮੀਰ ਆਦਮੀ ਸੀ। ਅਤੇ ਦੋਸਤੋ, ਤੁਸੀਂ ਮੂਸੇਵਾਲੇ ਦੀ ਸੱਜੀ ਬਾਂਹ ਦੇ ਉੱਤੇ ਇੱਕ ਟੈਟੂ ਵੀ ਦੇਖਿਆ ਹੋਵੇਗਾ, ਜੋ ਕਿ ਫੋਟੋ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ। ਅਤੇ ਜੇਕਰ ਮੂਸੇ ਦੇ ਸਿਰ ਤੋਂ ਤਾਜ ਹਟਾ ਦਿੱਤਾ ਜਾਵੇ ਤਾਂ ਜਿਹੜਾ ਟੈਟੂ ਮੂਸੇਵਾਲੇ ਦੀ ਬਾਂਹ 'ਤੇ ਬਣਿਆ ਹੈ ਉਹ ਸੇਮ ਹੀ ਬਣ ਜਾਂਦਾ, ਅਤੇ ਗੌਰ ਨਾਲ ਦੇਖਿਆ ਜਾਵੇ ਤਾਂ ਇਹ ਮੂਸੇ ਦਾ ਹੀ ਟੈਟੂ ਬਣਿਆ ਹੋਇਆ ਹੈ। ਅਤੇ ਦੋਸਤੋ, ਕਿਵੇਂ ਲੱਗੀ ਤੁਹਾਨੂੰ ਅੱਜ ਦੀ ਵੀਡੀਓ? ਜਿਨ੍ਹਾਂ ਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਰਿਓ ਅਤੇ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਦਿਆ ਕਰੋ। ਜਿਹੜੇ ਚੈਨਲ 'ਤੇ ਵੀਰ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ। ਸਤਿ ਸ੍ਰੀ ਅਕਾਲ ਜੀ।